ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਅ ਜੀ, ਕੀ ਨਾਮ ਕੀ ਆਪਣਾ? ਮੇਰਾ ਨਾਮ ਗਿਆਨੀ ਗੁਰਦੀਪ ਸਿੰਘ ਹੈ ਜੀ। ਭਾਅ ਜੀ, ਜਿਸ ਤਰ੍ਹਾਂ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਵੱਲੋਂ ਜਿਹੜੇ 300 ਫ੍ਰੀ ਯੂਨਿਟ ਦਾ ਐਲਾਨ ਕੀਤਾ ਗਿਆ ਅਤੇ ਜਰਨਲ ਕੈਟਾਗਰੀ ਨੂੰ ਵਾਸਤੇ ਕਿਵੇਂ ਦੇਖਦੇ ਹੋ? ਦੇਖੋ ਜੀ, ਪਹਿਲੀ ਗੱਲ ਤਾਂ ਮੈਂ ਇਸ ਗੱਲ ਦਾ ਸਵਾਗਤ ਕਰਦਾ ਵੀ ਉਹਨਾਂ ਨੇ ਚਲੋ ਭਾਵੇਂ BC ਨੂੰ ਜਾਂ BPL ਜਾਂ SC ਨੂੰ ਜਿਹੜੀ ਰਿਆਇਤ ਕੀਤੀ ਹੈ, ਸਲਾਹਣਯੋਗ ਹੈ, ਇਸਦਾ ਵਿਰੋਧ ਨਹੀਂ ਮੈਂ ਕਰਦਾ। ਪਰ ਮੈਂ ਇੱਕ ਮਿਸਾਲ ਦੇਣੀ ਚਾਹਾਂਗਾ, ਇੱਕ ਕਾਰਖਾਨੇ ਵਿੱਚ ਸਾਰੇ ਮਜ਼ਦੂਰ ਹੈ, ਇੱਕ ਅਪਰ ਕਲਾਸ ਸ਼੍ਰੇਣੀ ਦਾ ਕਾਸਟ ਦੇ ਆਧਾਰ 'ਤੇ ਉਹ ਪੈਦਾ ਹੋਇਆ, ਲੇਕਿਨ ਉਸ ਨੂੰ ਇਹ ਰਿਆਇਤ ਤੋਂ ਵਾਂਝਾ ਰਹਿ ਜਾਏਗਾ। ਇਸ ਕਰਕੇ ਮੇਰੀ ਇਹ ਸਮਝ ਬਣਦੀ ਹੈ ਵੀ ਜਿਹੜੀ ਇਹ ਰਿਆਇਤ ਹੈ ਨਾ, ਇਹ ਕਾਸਟ ਸਿਸਟਮ ਦੇ ਆਧਾਰ ਉੱਤੇ ਨਹੀਂ ਹੋਣੀ ਚਾਹੀਦੀ। ਚਾਹੇ ਜਿਹੜਾ ਵੀ ਕੋਈ ਵੀਕਰ ਸੈਕਸ਼ਨ ਹੈ, ਕਿਸੇ ਨੂੰ ਵੀ ਬਿਲੋਂਗ ਕਰਦਾ ਹੋਵੇ, ਚਾਹੇ SC ਨੂੰ, ਚਾਹੇ BC ਨੂੰ, ਚਾਹੇ BPL ਨੂੰ, ਰਿਆਇਤ ਮਿਲਣੀ ਚਾਹੀਦੀ ਆ। ਇਸ ਤੋਂ ਵੀ ਵਧੀਆ ਤਾਂ ਹੁੰਦਾ ਅਗਰ ਲੋਕਾਂ ਨੂੰ ਰਿਆਇਤ ਦੇਣ ਦੀ ਬਜਾਏ ਤੁਸੀਂ ਉਹਨਾਂ ਨੂੰ ਰੁਜ਼ਗਾਰ ਦਿਓ, ਉਹ ਆਪਣੀ ਸ਼ਾਨ ਦੇ ਨਾਲ 3 ਰੁਪਏ ਯੂਨਿਟ ਬਿਜਲੀ ਖਰੀਦ ਸਕਣ ਔਰ ਕਹਿਣ ਕਿ ਮੈਂ ਸਰਕਾਰ ਨੂੰ ਪੈਸੇ ਦੇ ਕੇ ਬਿਜਲੀ ਖਰੀਦ ਕੇ ਆਪਣੀ ਵਰਤ ਰਿਹਾ। ਉਹਨਾਂ ਦੇ ਉਹਦਾ ਮਾਣ ਨਾਲ ਸਿਰ ਉੱਚਾ ਹੁੰਦਾ। ਪਰ ਇਹ ਇੱਕ ਲੋਕਾਂ ਨੂੰ ਪਾੜੋ ਦੀ ਰਾਜਨੀਤੀ ਹੈ, ਭਾਵੇਂ ਮੈਂ ਵਿਰੋਧ ਨਹੀਂ ਕਰਦਾ, ਪਰ ਮੈਂ ਇਹਦੇ ਨਾਲ ਹੋਰ ਵੀ ਚਾਹਾਂਗਾ ਕਿ ਜਿਹੜਾ ਹੈਲਥ ਸਿਸਟਮ ਹੈ, ਐਜੂਕੇਸ਼ਨ ਸਿਸਟਮ ਹੈ, ਇਹਦੇ ਵਿੱਚ ਵੀ ਰਿਆਇਤਾਂ ਦੇਣੀਆਂ ਚਾਹੀਦੀਆਂ ਤਾਂ ਕਿ ਲੋਕ ਜਿਹੜੇ ਅੱਛੇ ਸਿਟੀਜ਼ਨ ਬਣ ਸਕਣ ਔਰ ਦੇਸ਼ ਵਾਸਤੇ ਉਹ ਹਰ ਵੇਲੇ ਆਪਣਾ ਆਪ ਕੁਰਬਾਨ ਕਰਨ ਵਾਸਤੇ ਤਿਆਰ ਰਹਿਣ। ਮੈਂ ਇਹ ਕਹਿਣਾ ਚਾਹਾਂਗਾ ਔਰ ਤੁਹਾਡੇ ਚੈਨਲ ਦੇ ਰਾਹੀਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਸ ਗੱਲ ਦੀ ਵਧਾਈ ਵੀ ਦਿੰਦਾ ਵਾਂ ਵੀ ਤੁਸੀਂ ਲੋਕਾਂ ਨੇ ਮਜਬੂਰ ਕਰਤਾ ਸਰਕਾਰਾਂ ਨੂੰ ਵੀ ਉਹ ਕੁਛ ਨਾ ਕੁਛ ਲੋਕਾਂ ਨੂੰ ਜਿਹੜੀ ਮਹਿੰਗਾਈ ਦਾ ਦੈਂਤ ਉਹਨਾਂ ਨੂੰ ਖਾ ਰਿਹਾ ਸੀ, ਉਹਦੇ ਵਾਸਤੇ ਕੁਛ ਨਾ ਕੁਛ ਵਿੱਚੋਂ ਰਿਆਇਤ ਦੇਣ ਵਾਸਤੇ ਮਜਬੂਰ ਹੋਏ। ਆਓ ਅਸੀਂ ਕਿਸੇ ਹੋਰ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਹਾਂਜੀ ਭਾਅ ਜੀ, ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਕਿ ਜਰਨਲ ਕੈਟਾਗਰੀ ਨੂੰ ਕਹਿ ਰਹੇ ਨੇ 300 ਯੂਨਿਟ ਤੋਂ 1 ਯੂਨਿਟ ਵੀ ਵੱਧ ਵਰਤਿਆ ਜਾਂਦਾ ਹੈ ਅਤੇ ਸਾਰੇ ਪੈਸੇ ਲੱਗਣਗੇ? ਉਹ ਜੋ ਸਰਦਾਰ ਉਹਨਾਂ ਨੇ ਕਿਹਾ ਬਹੁਤ ਵਧੀਆ ਕਿਹਾ ਕਿ ਇਹ ਕਿਸੇ ਵੀ ਕਾਸਟ ਦੇ ਆਧਾਰ ਦੇ ਉੱਪਰ ਇਸ ਤਰ੍ਹਾਂ ਦੀ ਵੰਡ ਨਹੀਂ ਕਰਨੀ ਚਾਹੀਦੀ। ਇਹ ਜਿਸ ਤਰ੍ਹਾਂ ਦੇ ਵੀ ਆ, ਸਾਰੇ ਜਿੰਨਾ ਵੀ ਆ, ਉਹਨਾਂ ਨੇ ਜੋ ਕਿਹਾ ਬਿਲਕੁਲ ਠੀਕ ਕਿਹਾ ਵੀ ਉਹਨਾਂ ਨੇ ਬਰਾਬਰ ਦਾ ਹੀ ਰੱਖਣਾ ਚਾਹੀਦਾ ਹੈ। ਹੁਣ ਜਿਸ ਤਰ੍ਹਾਂ ਕਿ ਅਸੀਂ ਦੁਕਾਨ ਵਾਲਿਆਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਕਿ ਜੋ ਉਹਨਾਂ ਨੇ ਕਿਹਾ ਕਿ ਠੀਕ ਹੈ ਕਿ ਵੰਡ ਜਿਹੜੀ ਨਹੀਂ ਹੋਣੀ ਚਾਹੀਦੀ, ਹਰ ਕੈਟਾਗਰੀ ਨੂੰ ਇੱਕ ਸਮਾਨ ਹੀ ਦੇਖਣਾ ਚਾਹੀਦਾ ਹੈ। ਕੈਮਰਾਮੈਨ ਤਰੁਣ ਦੇ ਨਾਲ ਰਿਪੋਰਟਰ ਗੌਰਵ ਕੁਮਾਰ, ਅੰਮ੍ਰਿਤਸਰ।